ਵਾਹਿਗੁਰੂ 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 ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਸਤਿਗੁਰ ਕੀ ਸੇਵਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਕੋ ਕਰੇ ਚਿਤ ਲਾਏ ਮਨ ਚਿੰਦੇ ਆ ਫਲ ਪਾਵਨਾ ਮਨ ਚਿੰਦੇ ਆ ਫਲ ਪਾਵਨਾ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਕੋ ਕਰੇ ਚਿਤ ਲਾਏ ਬੰਧਨ ਤੋੜੇ ਮੁਕਤ ਹੋਏ
ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸੁਮਾਏ ਸੱਚੇ ਰਹੇ ਸੁਮਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਕੋ ਕਰੇ ਚਿਤ ਲਾਏ ਇਸ ਜਗ ਮੈਂ ਨਾਮ ਅਲੋਪ ਹੈ ਇਸ ਜਗ ਮੈਂ ਨਾਮ ਅਲੋਪ ਹੈ ਗੁਰਮੁਖ ਵਸੇ ਮਨ ਆਏ ਗੁਰਮੁਖ ਵਸੇ ਮਨ ਆਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਕੋ ਕਰੇ ਚਿਤ ਲਾਏ ਨਾਨਕ ਜੋ ਗੁਰ ਸੇਵੇ ਆਪਣਾ ਨਾਨਕ ਜੋ ਗੁਰ ਸੇਵੇ ਆਪਣਾ ਤਿੰਨ ਪਲ ਹਾਰੇ ਜਾਂ ਤਿੰਨ ਪਲ ਹਾਰੇ ਜਾਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਕੋ ਕਰੇ ਚਿਤ ਲਾਏ
ਜੇ ਕੋ ਕਰ ਚਿਤ ਲਾਏ, ਜੇ ਕੋ ਕਰ ਚਿਤ ਲਾਏ, ਜੇ ਕੋ ਕਰ ਚਿਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰ ਚਿਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ, ਜੇ ਕੋ ਕਰੇ ਚਿਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਸੇਵਾ ਦੀ ਮੂਰਤੀ ਧੰਨ ਧੰਨ ਸੰਤ ਬਾਬਾ ਤਾਰਾ ਸਿੰਘ ਜੀ, ਧੰਨ ਧੰਨ ਸੰਤ ਬਾਬਾ ਚਰਨ ਸਿੰਘ ਜੀ ਅਤੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ, ਜਿਨ੍ਹਾਂ ਨੇ ਇਸ ਪੰਥ ਦੀ, ਇਸ ਕੌਮ ਦੀ ਸੇਵਾ ਕੀਤੀ ਹੈ, ਗੁਰੂ ਦੇ ਉਪਦੇਸ਼ ਅਨੁਸਾਰ ਸੰਗਤਾਂ ਨੂੰ ਸੇਵਾ ਕਰਨ ਵਾਲੇ ਪਾਸੇ ਲਗਾਇਆ, ਅਤੇ ਜਿਨ੍ਹਾਂ ਨੇ ਮਨ ਕਰਕੇ ਸੇਵਾ ਕੀਤੀ ਹੈ, ਉਹਨਾਂ ਦੀ ਸੇਵਾ ਸਫਲ ਹੁੰਦੀ ਹੈ ਅਤੇ ਉਹਨਾਂ ਨੂੰ ਫਿਰ ਮਨ ਚਿੰਦਿਆ ਫਲ ਮਿਲਦਾ। ਗੁਰੂ ਪਿਆਰੀ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਹੈ ਅਨੰਦਪੁਰ ਸਾਹਿਬ। ਸੰਗਤਾਂ ਆਉਂਦੀਆਂ ਨੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਨੇ, ਮੱਥਾ ਟੇਕਦੀਆਂ ਨੇ ਅਤੇ ਬੈਠਦੀਆਂ ਜਾਂਦੀਆਂ ਨੇ। ਸਤਿਗੁਰਾਂ ਦੇ ਦਰਬਾਰ ਵਿੱਚ ਇੱਕ ਨੌਜਵਾਨ ਆਇਆ, ਸੁਨੱਖਾ ਸੋਹਣਾ, ਬੜੇ ਸੋਹਣੇ ਸੁੰਦਰ ਉਹਨੇ ਵਸਤਰ ਪਾਏ ਨੇ, ਗਲ ਵਿੱਚ ਮੋਤੀਆਂ ਦਾ ਹਾਰ ਵੀ ਪਾਏ ਹੈ, ਲੱਗਦਾ ਕਿਸੇ ਰਾਜੇ ਦਾ ਸੁਪੁੱਤਰ ਹੈ। ਉਹਨੇ ਵੀ ਆ ਕੇ ਮੱਥਾ ਟੇਕਿਆ ਅਤੇ ਜਾ ਕੇ ਪਿੱਛੇ ਬੈਠ ਗਿਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਚੌਕਦਾਰ ਨੂੰ ਬੁਲਾਇਆ, ਕਹਿਣ ਲੱਗੇ ਜਾਓ, ਜਿਹੜਾ ਪਿੱਛੇ ਜਾ ਕੇ ਹੁਣੇ ਮੱਥਾ ਟੇਕ ਕੇ ਉਹ ਨੌਜਵਾਨ ਬੈਠਾ ਹੈ, ਉਹਨੂੰ ਮੇਰੇ ਕੋਲ ਲਿਆ ਕੇ ਬਿਠਾਓ, ਆਖੋ ਸਤਨਾਮ। ਹੁਕਮ ਹੋਇਆ, ਚੌਕਦਾਰ ਨੇ ਕਿਹਾ ਸਤਿਗੁਰ ਜੀ ਆਪ ਜੀ ਬੁਲਾਉਂਦੇ ਹਨ। ਉਹ ਕੋਲ ਆ ਕੇ ਬੈਠ ਗਿਆ। ਸਮਾਪਤੀ ਹੋਈ, ਸਿੱਖ ਸੰਗਤਾਂ ਵਿੱਚੋਂ ਕੁਝ ਸਿੱਖ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਦੇ ਨੇ, ਹੱਥ ਜੋੜ ਕੇ, ਪਾਤਸ਼ਾਹ ਇਸ ਸਿੱਖ ਨੂੰ ਤੁਸੀਂ ਆਪਣੇ ਕੋਲ ਕਿਉਂ ਬਿਠਾਇਆ, ਬੁਲਾ ਕੇ? ਇਹ ਪਿੱਛੇ ਬੈਠਾ ਸੀ। ਕਲਗੀਧਰ ਪਾਤਸ਼ਾਹ ਕਹਿੰਦੇ, ਜਦੋਂ ਅਸੀਂ ਚੌਥੇ ਜਾਮੇ ਵਿੱਚ ਸਨ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਸਨ, ਇਹ ਵਾਕਿਆ ਉਦੋਂ ਦਾ ਹੈ। ਸਤਿਗੁਰਾਂ ਨੇ ਭੇਤ ਖੋਲਿਆ। ਸੰਖੇਪ ਜਾਣਾ, ਸਮਾਂ ਮੇਰਾ ਥੋੜ੍ਹਾ ਹੈ, ਮੈਂ ਯਤਨ ਕਰਨਾ ਆਪਣੇ ਸਮੇਂ ਵਿੱਚ ਸਮਾਪਤੀ ਕਰਾਂ। ਗੁਰੂ ਪਿਆਰੀ ਸਾਧ ਸੰਗਤ, ਇਸ ਅਸਥਾਨ ਤੇ ਆਪ ਜੁੜੇ ਹੋ, ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰੂ ਘਰ ਦੀ, ਆਓ ਇਸ ਸਤਿਗੁਰਾਂ ਦੀ ਸਾਖੀ ਵਿੱਚੋਂ ਸਾਨੂੰ ਪ੍ਰੇਰਣਾ ਮਿਲੇਗੀ। ਕਿ ਸਤਿਗੁਰ ਕਹਿਣ ਲੱਗੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਸੇਵਾ ਕਰਾਉਂਦੇ ਸਨ, ਜਦੋਂ ਉਹ ਤਾਲ ਦੀ ਸੇਵਾ, ਸਰੋਵਰ ਦੀ ਸੇਵਾ ਹੋ ਰਹੀ ਸੀ, ਮਿੱਟੀ ਕੱਢੀ ਜਾ ਰਹੀ ਸੀ, ਉਸ ਵਕਤ ਦੋ ਕਿਸਮ ਦੇ ਸੇਵਾਦਾਰ ਉੱਥੇ ਸੇਵਾ ਕਰਦੇ ਸਨ।
ਇੱਕ ਉਹ ਜਿਹੜੇ ਨਿਸ਼ਕਾਮ ਸਨ ਆਪ ਜੈਸੇ ਗੁਰੂ ਪਿਆਰੀ ਸਾਧ ਸੰਗਤ, ਜਿਹੜੇ ਸਿਰ ਤੇ ਬਾਟੇ ਤੇ ਟੋਕਰੀਆਂ ਢੋਂਦੇ, ਮੁਖਾਰ ਬਿੰਦ ਤੋਂ ਬੋਲਦੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਪਿਆਰ ਨਾਲ ਕਰਦੇ ਨੇ, ਸਾਰਾ ਦਿਨ ਸੇਵਾ ਕਰਦੇ ਨੇ, ਨਿਸ਼ਕਾਮ ਕਰਦੇ ਨੇ, ਸ਼ਾਮ ਨੂੰ ਸੇਵਾ ਸਮਾਪਤ ਹੁੰਦੀ ਹੈ। ਤੇ ਇੱਕ ਉਹ ਨੇ ਜਿਹੜੇ ਦਿਹਾੜੀਦਾਰ ਨੇ, ਜਿਹੜੇ ਸਾਰਾ ਦਿਨ ਉੱਥੇ ਸੇਵਾ ਤਾਂ ਜ਼ਰੂਰ ਕਰਦੇ ਨੇ ਪਰ ਸ਼ਾਮ ਨੂੰ ਆਪਣੀ ਦਿਹਾੜੀ ਲੈ ਕੇ ਜਾਂਦੇ ਨੇ। ਜਦੋਂ ਸ਼ਾਮ ਨੂੰ ਸੇਵਾ ਸਮਾਪਤ ਹੋਣੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਪਰਿਕਰਮਾ ਵਿੱਚ ਜਿੱਥੇ ਬਾਬੇ ਬੁੱਢੇ ਦੀ ਬੇਰ ਹੈ, ਇਤਿਹਾਸ ਲਿਖਦਾ, ਉੱਥੇ ਬੈਠ ਜਾਂਦੇ ਸਨ। ਸੰਗਤਾਂ ਆਗਿਆ ਲੈਣ ਵਾਸਤੇ, ਵਧਾਈਗੀ ਲੈਣ ਵਾਸਤੇ ਆ ਕੇ ਦੋ ਲਾਈਨਾਂ ਬਣਾਉਂਦੇ ਸਨ। ਇੱਕ ਲਾਈਨ ਉਹ ਜਿਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ, ਸਤਿਗੁਰਾਂ ਤੋਂ ਅਸੀਸਾਂ ਲੈਂਦੇ, ਮੱਥੇ ਟੇਕਦੇ, ਘਰਾਂ ਨੂੰ ਖੁਸ਼ੀਆਂ ਲੈ ਕੇ ਚਲੇ ਜਾਂਦੇ। ਇੱਕ ਉਹ ਜਿਹਨਾਂ ਨੇ ਮਾਇਆ ਲੈਣੀ ਹੈ, ਦਿਹਾੜੀ ਲੈਣੀ ਹੈ, ਮਿਹਨਤ ਲੈਣੀ ਹੈ। ਉਹਨਾਂ ਵਿੱਚੋਂ ਇੱਕ ਘੁਮਿਆਰ ਸੀ ਜਿਹਦੇ ਕੋਲ ਖੱਚਰ ਸੀ। ਉਹ ਘੁਮਿਆਰ ਸਾਰਾ ਦਿਨ ਆਪਣੀ ਖੱਚਰ ਦੇ ਨਾਲ ਮਿੱਟੀ ਲੱਦ ਕੇ ਬਾਹਰ ਸੁੱਟ ਕੇ ਆਉਂਦਾ ਸੀ ਤੇ ਰੋਜ਼ ਦਿਹਾੜੀ ਲੈਂਦਾ ਸੀ। ਇੱਕ ਦਿਨ ਉਹਦੇ ਮਨ ਵਿੱਚ ਆਇਆ, ਇਹ ਜਿਹੜੇ ਨਿਸ਼ਕਾਮ ਸੇਵਾ ਕਰਦੇ ਨੇ ਨਾ ਬਿਨਾਂ ਪੈਸਿਆਂ ਤੋਂ, ਕੱਲ੍ਹ ਤੋਂ ਮੈਂ ਇੱਕ ਪੈਸਾ ਨਹੀਂ ਲੈਣਾ, ਮੈਂ ਵੀ ਨਿਸ਼ਕਾਮ ਵਾਲੇ ਪਾਸੇ ਸੇਵਾ ਕਰਨੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਉਹ ਵੀ ਇਸ ਤਰ੍ਹਾਂ ਲੱਗ ਪਿਆ, ਉਹ ਵੀ ਜਾਪ ਕਰਦਾ ਸਤਨਾਮ ਵਾਹਿਗੁਰੂ ਦਾ। ਸ਼ਾਮ ਪਈ, ਸੇਵਾ ਸਮਾਪਤ ਹੋਈ, ਗੁਰੂ ਪਿਆਰੀ ਸਤਸੰਗ ਉਸੇ ਤਰ੍ਹਾਂ ਰੋਜ਼ ਦੀ ਤਰ੍ਹਾਂ ਦੋ ਲਾਈਨਾਂ ਲੱਗੀਆਂ। ਅੱਜ ਇਹ ਉਸ ਪਾਸੇ ਨਹੀਂ ਖਲੋਤਾ ਜਿੱਧਰੋਂ ਦਿਹਾੜੀ ਮਿਲਦੀ ਸੀ, ਉਸ ਲਾਈਨ ਵਿੱਚ ਨਹੀਂ ਖਲੋਤਾ ਜਿੱਧਰੋਂ ਮਾਇਆ ਮਿਲਦੀ ਸੀ, ਅੱਜ ਉਸ ਪਾਸੇ ਖਲੋਤਾ ਜਿੱਥੇ ਨਿਸ਼ਕਾਮ ਸੇਵਾਦਾਰ ਖੜੇ ਸਨ। ਜਦੋਂ ਇਹਦੀ ਵਾਰੀ ਆਈ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਵੱਲ ਵੇਖ ਕੇ ਮੁਸਕਰਾਏ, ਕਹਿਣ ਲੱਗੇ ਉਹ ਪਿਆਰਿਆ ਲੱਗਦਾ ਅੱਜ ਤੋਂ ਗਲਤ ਲਾਈਨ ਵਿੱਚ ਆ ਗਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਚਰਨਾਂ ਤੇ ਸੀਸ ਰੱਖ ਕੇ ਕਹਿੰਦਾ, ਨਹੀਂ ਪਾਤਸ਼ਾਹ ਤੁਹਾਡੀ ਕਿਰਪਾ ਹੋਈ ਹੈ, ਪਹਿਲਾਂ ਮੈਂ ਗਲਤ ਲਾਈਨ ਵਿੱਚ ਆਉਂਦਾ ਸਾਂ, ਅੱਜ ਹੀ ਮੈਂ ਸਹੀ ਲਾਈਨ ਵਿੱਚ ਆਇਆ, ਅੱਜ ਹੀ ਮੈਂ ਸਹੀ ਲਾਈਨ ਵਿੱਚ ਆਇਆ। ਸਤਿਗੁਰਾਂ ਨੇ ਤਿੰਨ ਦਫਾ ਕਿਹਾ ਨਿਹਾਲ ਨਿਹਾਲ ਨਿਹਾਲ। ਗੁਰੂ ਪਿਆਰੀ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭੇਤ ਖੋਲਿਆ, ਕਹਿਣ ਲੱਗੇ ਗੁਰੂ ਪਿਆਰੀ ਸਾਧ ਸੰਗਤ, ਉਹ ਘੁਮਿਆਰ ਜਿਹਨੇ ਇੱਕ ਦਿਨ ਨਿਸ਼ਕਾਮ ਸੇਵਾ ਕੀਤੀ, ਇੱਕ ਦਿਨ ਨਿਸ਼ਕਾਮ ਸੇਵਾ ਕੀਤੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸੇਵਾ ਪ੍ਰਵਾਨ ਹੋਈ, ਚਿੱਤ ਕਰਕੇ ਕੀਤੀ, ਮਨ ਕਰਕੇ ਕੀਤੀ, ਉਸ ਘੁਮਿਆਰ ਦਾ ਪੁਨਰ ਜਨਮ ਕਿਸੇ ਰਾਜੇ ਦੇ ਘਰ ਹੋਇਆ ਜਿਹਦਾ ਅੱਜ ਸੁਪੁੱਤਰ ਹੈ। ਆਖੋ ਸਤਿਗੁਰ, ਜਿਹਦਾ ਇਹ ਸੁਪੁੱਤਰ ਹੈ, ਇਹ ਅੱਜ ਰਾਜੇ ਦਾ ਲੜਕਾ ਹੈ। ਤੇ ਜਦੋਂ ਉਸ ਰਾਜੇ ਦੇ ਸੁਪੁੱਤਰ ਨੇ ਆਪਣੇ ਪਿਛਲੇ ਜਨਮ ਦਾ ਸਾਰਾ ਹਾਲ ਪੁੱਛਿਆ, ਕਹਿਣ ਲੱਗਾ ਸਤਿਗੁਰ ਜੀ, ਹੱਥ ਜੋੜ ਕੇ ਖੋ ਕੇ ਖੜਾ ਹੋ ਗਿਆ, ਕਹਿਣ ਲੱਗਾ ਸਤਿਗੁਰ ਜੀ, ਮੇਰੀ ਇੱਕ ਦਿਨ ਦੀ ਸੇਵਾ ਤੇ ਆਪ ਜੀ ਨੇ ਪ੍ਰਵਾਨ ਕਰ ਲਈ, ਪਰ ਮੇਰਾ ਇੱਕ ਭੁਲੇਖਾ ਕੱਢੋ। ਸਤਿਗੁਰ ਕਹਿੰਦੇ ਪੁੱਛ ਕੀ? ਕਹਿਣ ਲੱਗੇ ਸਤਿਗੁਰ ਜੀ, ਮੈਂ ਇਕੱਲੇ ਨੇ ਥੋੜੀ ਸੇਵਾ ਕੀਤੀ ਸੀ ਨਿਸ਼ਕਾਮ, ਮੇਰੇ ਨਾਲ ਮੇਰੀ ਖੱਚਰ ਵਿੱਚ ਸੀ ਜਿਹੜੀ ਸਾਰਾ ਦਿਨ ਮੇਰੇ ਨਾਲ ਉਸ ਤਰ੍ਹਾਂ ਹੀ ਸੇਵਾ ਕਰਦੀ ਰਹੀ।
ਉਹਨੇ ਵੀ ਸਾਰਾ ਦਿਨ ਨਾ ਜਲ ਛਕਿਆ, ਨਾ ਭੋਜਨ ਛਕਿਆ, ਨਾ ਲੰਗਰ ਛਕਿਆ, ਨਾ ਕੁਛ ਛਕਿਆ, ਸਾਰਾ ਦਿਨ ਉਹ ਵੀ ਤੇ ਮੇਰੇ ਨਾਲ ਮਿਹਨਤ ਕਰਦੀ ਰਹੀ, ਉਹਦਾ ਕੀ ਬਣਿਆ? ਤੇ ਧੰਨ ਗੁਰੂ ਕਲਗੀਧਰ ਕਹਿੰਦੇ ਨੇ ਮੁਸਕਰਾਏ, ਕਹਿਣ ਲੱਗੇ, ਉਹ ਕਾਕਾ, ਉਹ ਬੇਟਾ, ਆਹ ਜਿਹੜਾ ਤੇਰਾ ਥੋੜ੍ਹੇ ਦਿਨ ਪਹਿਲਾਂ ਆਨੰਦ ਕਾਰਜ ਹੋਇਆ ਨਾ ਜਿਸ ਲੜਕੀ ਨਾਲ, ਉਹ ਉਹੀ ਜੀਵ ਆਤਮਾ ਹੈ ਖੱਚਰ ਦੀ, ਆਖੋ ਸਤਨਾਮ। ਇੱਕ ਦਿਨ ਦੀ ਨਿਸ਼ਕਾਮ ਸੇਵਾ ਮਨੁੱਖ ਨੂੰ ਤਾਰ ਦਿੱਤਾ, ਪਰ ਕਰੋ ਚਿੱਤ ਕਰਕੇ। ਗੁਰੂ ਪਿਆਰੀ ਸਤਸੰਗਤ ਸਮਾਂ ਹੋ ਗਿਆ, ਆਓ ਸਾਰੇ ਬੜੇ ਪਿਆਰ ਨਾਲ ਜਪੀਏ ਕਿ ਸਤਿਗੁਰ ਕੀ ਸੇਵਾ ਸਫਲ ਹੈ, ਪਰ ਸ਼ਰਤ ਹੈ ਜੇ ਕੋ ਕਰੇ ਚਿੱਤ ਲਾਏ ਮਨ ਚੁੰਦਿਆ ਫਲ ਪਾਵਣਾ ਹੋਮੇ ਵਿੱਚੋਂ। ਆਓ ਗੁਰੂ ਪਿਆਰੀ ਸਤਸੰਗਤ ਸਿਰਫ ਦੋ ਦਫ਼ਾ ਸਾਰੇ ਰਸਨਾਂ ਨਾਲ ਗਾਇਨ ਕਰੋ, ਉਸ ਤੋਂ ਬਾਅਦ ਦਾਸ ਦੇ ਕੀਰਤਨ ਦੀ ਸਮਾਪਤੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਧੰਨ ਧੰਨ ਸਤਿਕਾਰਯੋਗ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇਸ ਨਿਮਾਣੇ ਜਥੇ ਨੂੰ ਇਸ ਪਵਿੱਤਰ ਅਸਥਾਨ 'ਤੇ ਬੈਠ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਦਿੱਤਾ ਹੈ। ਗਲਤੀਆਂ ਦੀ ਬਾਅਦ ਖਿਮਾ ਮੰਗਾਂਗਾ ਜ਼ਰੂਰ। ਆਓ ਪਹਿਲਾਂ ਸਾਰੇ ਜਪੀਏ ਭਾਈ, ਸਤਿਗੁਰ ਕੀ ਸੇਵਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਜੇ ਕੋ ਕਰੇ ਚਿੱਤ ਲਾਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਜੇ ਕੋ ਕਰੇ ਚਿੱਤ ਲਾਏ। ਮਨ ਚਿੰਦਿਆ ਫਲ ਪਾਵਣਾ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ, ਹੋਮੇ ਵਿੱਚੋਂ ਜਾਏ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, 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 ਜੇ ਕੋ ਕਰੇ ਚਿੱਤ ਲਾਏ। ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।